ਖਟਰਾ ਡਿਸਟ੍ਰਿਕਟ ਗਵਰਨਰ ਡਿਸਟ੍ਰਿਕਟ 111 ਅੱਜ ਡਿਸਟ੍ਰਿਕਟ ਦੇ ਵਿੱਚ ਅਲਾਈਅੰਸ ਕਲੱਬ ਮੁਕਤਸਰ ਵੱਲੋਂ ਸ਼ਹੀਦੇ ਆਜ਼ਮ ਊਧਮ ਸਿੰਘ ਜੀ ਦਾ ਅੱਜ ਜੋ ਸ਼ਹੀਦੀ ਦਿਹਾੜਾ ਹੈ ਉਹ ਬੜੀ ਸ਼ਰਧਾ ਨਾਲ ਇੱਥੇ ਮਨਾਇਆ। ਸਾਰੀ ਕਲੱਬ ਦੇ ਮੈਂਬਰ ਸਾਹਿਬਾਨ ਆਏ ਹੈ ਔਰ ਆ ਕੇ ਸ਼ਹੀਦੇ ਆਜ਼ਮ ਸ਼ਾਹ ਊਧਮ ਸਿੰਘ ਜੀ ਨੂੰ ਸ਼ਰਧਾ ਅਰਪਣ ਕੀਤੀ ਹੈ। ਅੱਜ ਉਹਨਾਂ ਦੀ ਜੋ ਲਸਾਨੀ ਕੁਰਬਾਨੀ ਹੈ ਉਹਨਾਂ ਨੂੰ ਸਾਨੂੰ ਯਾਦ ਕਰਨਾ ਚਾਹੀਦਾ। ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਔਰ ਜਿਨ੍ਹਾਂ ਦੇ ਵਿੱਚ ਇੱਕ ਸ਼ਹੀਦ ਊਧਮ ਸਿੰਘ ਜੀ ਹੋਏ ਹੈ ਜਿਨ੍ਹਾਂ ਨੇ ਜਲ੍ਹਿਆਂਵਾਲੇ ਬਾਗ ਦੇ ਵਿੱਚ ਹਜ਼ਾਰਾਂ ਜੋ ਨਹਾਤੇ ਦੇ ਲੋਕ ਮਾਰੇ ਗਏ ਸਨ ਉਹਨਾਂ ਦਾ ਬਦਲਾ ਲੈਣ ਲਈ ਇੰਗਲੈਂਡ ਵਿੱਚ ਗਏ ਅਤੇ ਜਨਰਲ ਅਵੈਡ ਨੂੰ ਜਾ ਕੇ ਉੱਥੇ ਮਾਰਿਆ ਅਤੇ ਆਪ ਹੱਸ ਹੱਸ ਕੇ ਫਾਂਸੀ ਚੜ੍ਹ ਗਏ। ਅੱਜ ਉਹਨਾਂ ਦਾ ਮਹਾਨ 82ਵਾਂ ਸ਼ਹੀਦੀ ਦਿਨ ਹੈ। ਅਸੀਂ ਉਹਨਾਂ ਨੂੰ ਕੋਟਨ ਕੋਟਨ ਪ੍ਰਣਾਮ। ਸਰਦਾਰ ਊਧਮ ਸਿੰਘ ਸ਼ਹੀਦ ਜੀ ਨੂੰ ਮੇਰਾ ਕੋਟ ਕੋਟ ਪ੍ਰਣਾਮ ਹੈ ਜੀ ਅਤੇ ਮੈਂ ਉਹਨਾਂ ਨੂੰ ਦਿਲੋਂ ਸਲੂਟ ਕਰਦਾ ਜਿਨ੍ਹਾਂ ਨੇ ਜਲ੍ਹਿਆਂ ਵਾਲੇ ਬਾਗ ਦਾ ਜੋ ਖੂਨੀ ਸਾਕਾ ਹੋਇਆ ਸੀ ਉਹਦਾ ਲੰਡਨ ਜਾ ਕੇ ਬਦਲਾ ਲਿਆ। ਮੈਂ ਅੱਜ ਵੀ ਉਹਨਾਂ ਨੂੰ ਪ੍ਰਣਾਮ ਕਰਦਾ ਅਤੇ ਉਹਨਾਂ ਦੇ ਚੱਲੇ ਪਾਏ ਹੋਏ ਟੂਰਨਿਆਂ 'ਤੇ ਅਸੀਂ ਸਾਰੇ ਕਲੱਬ ਦੇ ਮੈਂਬਰ ਚੱਲਣ ਦੀ ਕੋਸ਼ਿਸ਼ ਕਰਾਂਗੇ। ਮੈਂ ਰਜਿੰਦਰ ਸਿੰਘ ਅਲਾਈਅੰਸ ਕਲੱਬ ਦਾ ਸੀਨੀਅਰ ਮੈਂਬਰ ਹੋਣ ਦੇ ਨਾਤੇ ਅੱਜ ਇੱਥੇ ਪਹੁੰਚੇ ਕਲੱਬ ਦੇ ਸਾਰੇ ਮੈਂਬਰਾਂ ਨੂੰ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਜੀ ਦਾ ਸ਼ਹੀਦੀ ਦਿਵਸ ਮਨਾਉਣ ਵਾਸਤੇ ਦਿਲੋਂ ਮੁਬਾਰਕਬਾਦ ਦਿੰਦਾ ਹਾਂ ਅਤੇ ਇਹ ਵੀ ਪ੍ਰਣ ਕਰਦਾ ਹਾਂ ਕਿ ਅਸੀਂ ਸ਼ਹੀਦਾਂ ਦੁਆਰਾ ਵਿਖਾਏ ਹੋਏ ਰਸਤਿਆਂ 'ਤੇ ਸਦਾ ਚੱਲਦੇ ਰਹਾਂਗੇ ਅਤੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਾਂਗੇ।